ਵੀਰ ਰਾਜ ਬਲਵਿੰਦਰ ਸਿੰਘ ਸੁਨਾਮ ਤੋਂ ਵੀਰ ਹਰਿੰਦਰ ਲਾਲੀ ਦੇ ਬੇਟੇ ਨੇ ਜੋ ਕਿ ਕੈਨੇਡਾ ਤੋਂ ਇੱਥੇ ਆਪਣੇ ਵਿੱਚ ਪਹੁੰਚੇ ਨੇ। ਜੇ ਇਹ ਕਾਨੂੰਨ ਆਪਣੇ ਜਿਹੜੇ ਜਿਹੜੇ ਸੰਘਰਸ਼ ਚੱਲ ਰਹੇ ਜਿਹੜੇ ਲਾਗੂ ਹੋ ਜਾਂਦੇ ਨੇ ਅੱਜ ਦੇ ਟਾਈਮ ਦੇ ਵਿੱਚ, ਜੇ ਤੁਸੀਂ ਅੱਜ 10 ਕਿੱਲਿਆਂ ਦੇ ਵਿੱਚ ਜਿੰਨਾ ਕਮਾ ਰਹੇ ਹੋ ਉਨੇ ਕਮਾਉਣ ਲਈ ਫਿਰ ਤੁਹਾਨੂੰ ਘੱਟੋ ਘੱਟ 1000 ਕਿੱਲੇ ਚਾਹੀਦੇ ਹੋਣਗੇ। ਇਹ ਹਾਲਾਤ ਨੇ ਕੈਨੇਡਾ ਦੇ, ਤੇ ਇਸ ਤੋਂ ਬਿਨਾਂ ਉਹ ਆਪ ਆਪਣੇ ਮੂੰਹੋਂ ਕਹੇ ਕਹਿੰਦੇ ਨੇ ਇਹ ਗੱਲ ਕਿ ਕੰਟਰੈਕਟ ਤਾਂ ਬਹੁਤ ਕੀਤੇ ਸਾਡੇ ਨਾਲ ਵੀ। ਆਪਾਂ ਗੱਲ ਕਰਦੇ ਨਾ ਕਿ ਕੰਟਰੈਕਟ ਵਾਲਾ ਜਿਹੜਾ ਕਾਨੂੰਨ ਆਇਆ ਆ ਇਹ ਨਹੀਂ ਚੰਗਾ ਹੈਗਾ, ਕਿਉਂ ਨਹੀਂ ਚੰਗਾ ਹੈਗਾ, ਉਹਦੇ ਪਿੱਛੇ ਕਾਰਨ ਨੇ। ਉਹ ਕਿਸਾਨਾਂ ਨੇ ਮੈਨੂੰ ਆਪ ਆਪਣੇ ਮੂੰਹੋਂ ਇਹ ਗੱਲਾਂ ਕਹੀਆਂ ਨੇ ਕਿ ਇਹਨਾਂ ਨੇ ਕੰਟਰੈਕਟ ਤਾਂ ਬਹੁਤ ਕੀਤੇ, ਤੇ ਕੰਟਰੈਕਟਾਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਤੁਸੀਂ ਇੰਨਾ ਲੋਨ ਚੱਕ ਲਓ ਪਹਿਲਾਂ ਕਿਸੇ ਬੈਂਕ ਤੋਂ, ਆਹ ਚੀਜ਼ ਲੈ ਲੈ ਲਿਆ, ਤੇ ਉਸ ਤੋਂ ਬਾਅਦ ਕੀ ਹੁੰਦਾ ਸੀ ਪਹਿਲੇ ਸਾਲ ਬਹੁਤ ਵਧੀਆ ਕਮਾਈ, ਦੂਜੇ ਸਾਲ ਵੀ ਬਹੁਤ ਵਧੀਆ ਕਮਾਈ। ਹੌਲੀ ਹੌਲੀ ਕੀ ਕਰਦੇ ਨੇ ਉਹ ਕਿ ਜਿਹੜੇ ਉਹਨਾਂ ਨੇ ਕੰਟਰੈਕਟ ਕੀਤੇ ਹੁੰਦੇ ਨੇ ਉਹਨਾਂ ਦੇ ਵਿੱਚ ਕੁਝ ਗੱਲਾਂ ਇੱਦਾਂ ਦੀ ਹੁੰਦੀਆਂ ਨੇ, ਕਿਉਂਕਿ ਆਪਾਂ ਸਾਰੇ ਕੰਟਰੈਕਟ ਨਹੀਂ ਪੜ ਸਕਦੇ, ਕੰਟਰੈਕਟ ਬਹੁਤ ਲੰਬੇ ਚੌੜੇ ਹੁੰਦੇ ਨੇ, ਤੇ ਇਹ ਇਹ ਪੱਕਾ ਹੀ ਆ ਕਿ ਕੰਟਰੈਕਟ ਉਹਨਾਂ ਨੇ ਆਪਣੇ ਪੱਖ ਦੇ ਰੱਖੇ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਆ ਕਿ ਆਪਾਂ ਨੇ ਇਹ ਗੱਲ ਇੰਨੇ ਡੂੰਘਾਈ ਦੇ ਵਿੱਚ ਨਹੀਂ ਪੜ੍ਹਨੀ ਹੈਗੀ। ਜੇ ਪੜ੍ਹਾਂਗੇ ਤਾਂ ਆਪਣੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈਗੇ, ਆਪਣੇ ਕੋਲ ਹੋਰ ਕੋਈ ਤਰੀਕਾ ਨਹੀਂ ਹੈਗਾ, ਆਪਾਂ ਨੂੰ ਜੋ ਲਿਖਿਆ ਹੋਇਆ ਉਹਨੂੰ ਅਪਣਾਉਣਾ ਪੈਣਾ ਹੈ, ਕਿਉਂਕਿ ਉਹ ਆਪਣੇ ਦੇ ਦਬਾਅ ਆ ਰਹੇ ਨੇ ਚੀਜ਼ਾਂ ਦਾ। ਤੇ ਮੈਨੂੰ ਉੱਥੇ ਕਿਸਾਨਾਂ ਨੇ ਇਹੀ ਗੱਲ ਕਹੀ ਹੈ ਕਿ ਕਹਿੰਦੇ ਸਾਲ ਦੋ ਸਾਲ ਦਾ ਬਹੁਤ ਵਧੀਆ ਚੱਲ ਜਾਂਦੇ ਨੇ ਬੈਠੇ, ਤੇ ਉਹ ਤੋਂ ਬਾਅਦ ਉਹ ਕੀ ਕਰਦੇ ਨੇ ਕਹਿਣ ਲੱਗ ਜਾਂਦੇ ਨੇ ਕਿ ਚਲੋ ਆਹ ਚੀਜ਼ਾਂ ਤੁਸੀਂ ਯਾਦ ਰੱਖੋ, ਇਹ ਇੱਕ ਫਾਰਮਰ ਦੀ ਆਦਤ ਹੀ ਤੁਹਾਨੂੰ ਹੈ। ਉੱਥੇ ਨਾ ਜਿਵੇਂ ਕਿ ਸੂਰਾਂ ਦਾ ਕੰਮ ਕਰਦਾ ਸੀਗਾ, ਤੇ ਉਹ ਕਹਿੰਦੇ ਕਿ ਉਹਨੇ ਕਿਹਾ ਕਿ ਕਿਸੇ ਆਪਣਾ ਬੈਂਕ ਤੋਂ ਲੋਨ ਲਵੋ, ਖਾਸ ਕਈ ਲੱਖਾਂ ਮਤਲਬ ਕਿ ਇੱਕ ਮਿੰਟ ਕਰੋੜ ਦੇ ਵਿੱਚ ਭਰ ਜਾਂਦੇ ਨੇ, ਤੇ ਲੱਖਾਂ ਡਾਲਰ ਦਾ, ਤੇ ਉਸ ਤੋਂ ਬਾਅਦ ਉੱਥੇ ਸੂਰਾਂ ਨੂੰ ਫਾਰਮਿੰਗ ਕਰੋ, ਤੇ ਉਹਨੇ ਸਾਰਾ ਕੁਛ ਕੀਤਾ। ਤੇ ਉਹ ਕੰਟਰੈਕਟ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਠੀਕ ਹੈ ਸੂਰਾਂ ਨੂੰ ਕੋਈ ਬਿਮਾਰੀ ਲੱਗਦੀ ਹੈ ਕਿ ਦਵਾਈ ਬੂਟਾ, ਬਲਕਿ ਜਿਹੜੇ ਕਿਸਾਨ ਦਾ ਪਰਿਵਾਰ ਆ ਉਹਦੀ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ, ਜੇ ਕੁਛ ਵੀ ਹੁੰਦਾ ਅਸੀਂ ਸਾਹਿਬ ਦੇਖਾਂਗੇ। ਪਹਿਲੇ ਸਾਲ ਕਹਿੰਦਾ ਕਿ ਬਹੁਤ ਨਜ਼ਾਰਾ ਆਇਆ, ਉਹਦੇ ਹੀ ਸ਼ਬਦ ਸੀਗੇ ਕਿ ਵਧੀਆ ਕਮੇ ਬਣੇ ਸਾਡੇ, ਪੂਰਾ ਪਰਿਵਾਰ ਖੁਸ਼ ਆ, ਅਸੀਂ ਖੁੱਲੇ ਖਰਚੇ ਕੀਤੇ। ਦੂਜੇ ਸਾਲ ਨੂੰ ਕਹਿੰਦੇ ਕਿ ਜਿਹੜੀ ਵੀ ਹੁਣ ਤੋਂ ਬਿਮਾਰੀ ਲੱਗੂਗੀ ਨਾ ਤੁਹਾਨੂੰ, ਉਹਦੇ ਤੁਸੀਂ ਆਪ ਹੀ ਧਿਆਨ ਰੱਖਿਓ। ਤੇ ਤੀਜੇ ਸਾਲ ਦੇ ਵਿੱਚ ਉਹ ਕਹਿੰਦੇ ਨੇ ਹੁਣ ਜੇ ਕੋਈ ਸੂਰਾਂ ਨੂੰ ਬਿਮਾਰੀ ਲੱਗੂਗੀ ਉਹਦਾ ਖਿਆਲ ਤੁਸੀਂ ਰੱਖਣਾ, ਤੇ ਉਹ ਤੋਂ ਬਾਅਦ ਫਿਰ ਕਹਿੰਦੇ ਕਿ ਇਹਦਾ ਖੁਰਾਕ ਖਰੂਕ ਦਾ ਜਿੰਨਾ ਵੀ ਖਰਚਾ ਹੁੰਦਾ ਤੁਸੀਂ ਆਪ ਦੇਖਣਾ, ਤੇ ਇਹ ਸਾਰਾ ਕੁਛ ਉਹ ਔਨ ਰੈਕਰਡ ਕਰਦੇ ਨੇ, ਕਾਗਜ਼ਾਂ ਦੇ ਮੁਤਾਬਿਕ ਕਰਦੇ ਨੇ, ਕਿਉਂਕਿ ਉਹਨਾਂ ਕੋਲ ਬਹੁਤ ਤਰੀਕੇ ਹੁੰਦੇ ਨੇ ਕਿ ਕਾਗਜ਼ਾਂ 'ਚ ਜਿਹੜੀ ਗੱਲ ਲਿਖੀ ਹੋਈ ਉਹਨੂੰ ਕਿੱਦਾਂ ਘੁਮਾਉਣਾ ਹੈ। ਤੇ ਉਹੀ ਗੱਲ ਕਰਕੇ ਅੱਜ ਮੈਂ ਤੁਹਾਨੂੰ ਇਹੀ ਗੱਲ ਦੀ ਗਵਾਹੀ ਦੇਣ ਆਇਆ ਹਾਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਕੈਨੇਡਾ ਜਾ ਕੇ ਬਹੁਤ ਨਜ਼ਾਰਾ ਆਉਂਦਾ ਜਾਂ ਹੈ ਨਾ ਕਿ ਬਹੁਤ ਚੰਗਾ ਆ, ਤਾਂ ਇਹ ਇੰਨਾ ਸੌਖਾ ਨਹੀਂ ਹੈਗਾ ਉੱਥੇ। ਜੇ ਮੈਂ ਕਿਸਾਨੀ ਦੇ ਪੱਖ ਤੋਂ ਗੱਲ ਕਰਾਂ ਤਾਂ ਕਿਸਾਨੀ ਤਾਂ ਉੱਥੇ ਦੀ ਬਹੁਤ ਖਰਾਬ ਆ, ਉੱਥੇ ਪੈਲੀਆਂ ਦੇ ਰੇਟ ਆਪਣੀ ਪੈਲੇ ਨਾਲੋਂ ਕਿਤੇ ਘੱਟ ਨੇ, ਹੋਰ ਚੀਜ਼ਾਂ ਬਹੁਤ ਮਹਿੰਗੀਆਂ ਨੇ, ਘਰ ਬਹੁਤ ਮਹਿੰਗੇ ਨੇ, ਆਪਣੇ ਖਾਣ ਪੀਣ ਕੱਪੜਾ ਬਹੁਤ ਮਹਿੰਗਾ ਹੈ, ਪਰ ਪੈਲੀ ਦਾ ਰੇਟ ਉੱਥੋਂ ਦਾ ਇੱਥੇ ਨਾਲੋਂ ਬਹੁਤ ਥਾਵਾਂ ਦੇ ਉੱਤੇ ਅੱਧ ਤੋਂ ਵੀ ਘੱਟ ਹੈ। ਤੇ ਉਸ ਤੋਂ ਬਿਨਾਂ ਉੱਥੇ ਆਪਾਂ ਜੇ ਆਪਾਂ ਗੱਲ ਕਰਦੇ ਹਾਂ ਕਿ ਆਪਾਂ 500 ਕਿੱਲਾ ਮੰਨ ਲਓ, ਆਪਾਂ ਇਹ ਸੁਣਨ ਨੂੰ ਤਾਂ ਬਹੁਤ ਚੰਗਾ ਲੱਗਦਾ ਹੈ ਕਿ 500 ਕਿੱਲਾ ਇਕੱਠਾ ਕਰਕੇ ਖੇਤੀ ਕਰਾਂਗੇ, ਪਰ ਉਹ ਗੱਲਾਂ ਹੀ ਨੇ। ਤਾਂ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਹੋਰ ਜੋਸ਼ੀਲੇ ਰਹਿ ਕੇ ਖੜੇ ਹੋਣ ਦੀ ਲੋੜ ਆ। ਜੇ ਇਹ ਇਹ ਮੌਕਾ ਵਾਰ ਵਾਰ ਨਹੀਂ ਮਿਲਦਾ ਹੁੰਦਾ ਜ਼ਿੰਦਗੀ ਦੇ ਵਿੱਚ, ਇਹ ਖੜੇ ਹੋਏ ਆ ਨਾ ਆਪਾਂ, ਇਹ ਵਾਰ ਵਾਰ ਏਡੇ ਵੱਡੇ ਇਕੱਠ ਇਕੱਠੇ ਕਰਨੇ ਕੋਈ ਛੋਟੀ ਗੱਲ ਨਹੀਂ ਹੈਗੀ। ਤੇ ਤੁਸੀਂ ਮੰਨੋਗੇ ਨਹੀਂ,
ਆਮ ਕਰਕੇ ਕੀ ਹੁੰਦਾ ਕਿ ਜਿਹੜੇ ਲੋਕ ਬਾਹਰ ਚਲੇ ਜਾਂਦੇ ਨੇ ਆਪਣੇ ਪੰਜਾਬੀ ਜਾਂ ਹੋਰ ਭਾਰਤੀ ਦੇ, ਜਿਹੜੇ ਵੀ ਬਾਹਰ ਚਲੇ ਜਾਂਦੇ ਨੇ ਬਹੁਤ ਠੰਡੇ ਹੀ ਹੋ ਜਾਂਦੇ ਨੇ। ਅਗਲਾ ਕਹਿੰਦਾ ਮਿਲੂ ਜੀ ਉੱਥੇ, ਬਹੁਤ ਜਾਣੇ ਦੀ ਇਹ ਸੋਚ ਹੁੰਦੀ ਹੈ ਕਿ ਚੱਲ ਠੀਕ ਆ ਆਪਾਂ ਬਾਹਰ ਆ ਗਏ ਆਪਾਂ ਸੜਕਾਂ ਮਿਲੂਗੀ, ਪਰ ਇਹ ਸੰਘਰਸ਼ ਨੇ ਉਹ ਸਾਰਿਆਂ ਨੂੰ ਸੜਕਾਂ ਤੇ ਲਿਆਏ। ਉੱਥੇ ਐਡੇ ਵੱਡੇ ਵੱਡੇ ਕੱਟ ਹੋਏ ਕਿ ਕਿਸੇ ਦੀ ਉਮੀਦ ਨਹੀਂ ਸੀ ਕਿਸੇ ਨੂੰ ਵੀ ਕਿ ਹਾਂ ਕਿ ਇੱਥੇ ਕੈਨੇਡਾ ਦੇ ਵਿੱਚ ਵੀ, ਕਿਉਂਕਿ ਕੈਨੇਡਾ ਦੇ ਵਿੱਚ ਪਤਾ ਕੀ ਹਿਸਾਬ ਆ, ਇੱਥੇ ਆਪਣਾ ਹਿਸਾਬ ਹੁੰਦਾ ਕਿ ਆਪਾਂ ਜੇ ਕੁਛ ਦਿਨ ਵੀ ਕਮਾਈ ਕਰ ਲਈਏ ਆਪਾਂ ਕਈ ਦਿਨ ਆਪਾਂ ਕੱਢ ਸਕਦੇ ਹਾਂ ਜਿਹੜਾ ਕਮਾਈ ਕਰਿਆ, ਪਰ ਉੱਥੇ ਇਹ ਹਿਸਾਬ ਆ ਕਿ ਜੇ ਤੁਸੀਂ ਆਪਣੇ ਇੱਕ ਮਹੀਨੇ ਦਾ ਖਰਚੇ ਕੱਢਣੇ ਨੇ ਤਾਂ ਤੁਹਾਨੂੰ ਘੱਟੋ ਘੱਟ 22 ਦਿਨ ਉੱਥੇ ਕੰਮ ਕਰਨਾ ਪੈਣਾ। ਉੱਥੇ ਨਹੀਂ ਤੁਸੀਂ ਸੜਕਾਂ ਤੇ ਆ ਸਕਦੇ ਹੈਗੇ, ਤਾਂ ਬਹੁਤ ਜ਼ਿਆਦਾ ਔਖਾ ਆ ਕਿਉਂਕਿ ਉੱਥੇ ਦਾ ਉੱਥੇ ਦੀ ਸਰਕਾਰਾਂ ਨੇ ਰਹਿਣ ਸਹਿਣ ਬਣਾਇਆ ਹੀ ਇਸ ਹਿਸਾਬ ਦਾ ਹੋਇਆ, ਪਰ ਫਿਰ ਵੀ ਜਦੋਂ ਵੀ ਕਿਤੇ ਉੱਥੇ ਇਕੱਠ ਹੁੰਦੇ ਨੇ ਚਾਹੇ ਉਹ ਕਾਰ ਰੈਲੀ ਹੋਵੇ, ਕਿਉਂਕਿ ਉੱਥੇ ਹੁਣ ਆਪਣੇ ਕੋਲ ਟਰੈਕਟਰ ਤਾਂ ਹੁੰਦੇ ਨੇ ਪਰ ਉਹ ਟਰੱਕ ਬਹੁਤ ਨੇ, ਉਹ ਟਰੱਕ ਲੈ ਕੇ ਆਉਂਦੇ ਸੀਗੇ, ਆਪਣੇ ਕਾਰਾਂ ਲੈ ਕੇ ਆਉਂਦੇ ਸੀਗੇ, ਬੈਨਰ ਲੈ ਕੇ ਆਉਂਦੇ ਸੀਗੇ। ਉੱਥੇ ਇੰਨਾ ਕੁ ਦਬਾਅ ਪਿਆ ਕੈਨੇਡਾ ਦੀ ਸਰਕਾਰ ਦੇ ਉੱਤੇ ਕਿ ਜਿਹੜੇ ਟਰੂਡੋ ਨੇ ਉੱਥੇ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਆਪਣੇ ਹੱਕ ਦੀ ਗੱਲ ਕਰਨੀ ਪਈ, ਤੇ ਉਹ ਕੋਈ ਛੋਟੀ ਗੱਲ ਨਹੀਂ ਹੈਗੀ। ਤੇ ਇਸੇ ਤਰ੍ਹਾਂ ਹੋਰ ਸਾਰੇ ਦੇਸ਼ਾਂ 'ਚ, ਫਿਰ ਚਾਹੇ ਉਹ ਅਮੈਰੀਕਾ ਹੋਵੇ, ਫਿਰ ਚਾਹੇ ਕੋਈ ਉਹ ਇੰਗਲੈਂਡ ਹੋਵੇ, ਚਾਹੇ ਉਹ ਅਮੈਰੀਕਾ ਦੇ ਕਿਸੇ ਵੀ ਸ਼ਹਿਰ ਹੋਵੇ, ਵੱਡਾ ਸ਼ਹਿਰ ਹੋਵੇ, ਬਹੁਤ ਥਾਵਾਂ ਦੇ ਉੱਤੇ ਬਹੁਤ ਵੱਡੇ ਵੱਡੇ ਇਕੱਠ ਹੋਏ, ਤੇ ਉਹ ਇਕੱਠ ਨਾਲ ਇਹ ਗੱਲ ਇੰਨੀ ਤਾਂ ਕਲੀਅਰ ਹੋ ਗਈ ਗੱਲ ਕਿ ਹਾਂ ਕਿ ਲੋਕ ਤਾਂ ਹੈਗੇ ਨੇ ਕੋਈ, ਕਿਉਂਕਿ ਇੱਕ ਆਪਣੀ ਪਹਿਚਾਣ ਬਣਾਉਣੀ ਬਹੁਤ ਔਖੀ ਹੈ ਸਮਾਜ ਦੇ ਵਿੱਚ। ਤੇ ਮੈਨੂੰ ਕਈ ਆਪਣੇ ਗੋਰੇ ਦੋਸਤਾਂ ਦੇ ਕਾਲਸ ਆਏ, ਕਹਿੰਦੇ ਰਾਜ ਸਿਆ ਕਿ ਆਹ ਕਦੀ ਗੱਡੀ ਖੜੀਆਂ ਨੇ, ਇਹ ਕੀ ਲਿਖਿਆ ਹੋਇਆ ਨੋ ਫਾਰਮਰ ਨੋ ਫੂਡ, ਸਪੋਰਟ ਫਾਰਮਰ ਕੀ ਲਿਖਿਆ ਹੋਇਆ ਇਹ, ਕਿ ਇੰਨੀਆਂ ਗੱਡੀਆਂ ਸੜਕਾਂ ਤੇ ਕਰਦੀਆਂ ਕੀ ਪਈਆਂ ਨੇ, ਕਿਉਂਕਿ ਜਦੋਂ ਉੱਥੇ ਰੈਲੀਆਂ ਹੁੰਦੀਆਂ ਸੀ ਤਾਂ ਹਜ਼ਾਰ ਹਜ਼ਾਰ ਗੱਡੀ ਇਕੱਠੀ ਹੋ ਜਾਂਦੀ ਹੁੰਦੀ ਆ। ਅੱਜ ਚਲੋ ਮੈਂ ਆਪਣੀ ਗੱਲ ਇੱਥੇ ਖਤਮ ਕਰੂੰਗਾ ਕਿ ਆਪਾਂ ਖੜੇ ਆ, ਖੜੇ ਹੋਰ ਰਹਿਣਾ ਪਊਗਾ, ਆਪਣੇ ਸਾਰਿਆਂ ਨੇ ਨਿਪ ਲੈ ਕੇ ਕੱਢ ਚੁੱਕੇ ਆ ਕਿ ਆਪਾਂ ਖੜੇ ਰਹਿ ਸਕਦੇ ਹਾਂ, ਸਾਲ ਹੋਰ ਹੋ ਜਾਣਾ ਆਪਾਂ, ਤੇ ਏਦਾਂ ਹੀ ਜੇ ਖੜੇ ਰਹਾਂਗੇ ਤਾਂ ਆਪਾਂ ਆਪਣੀ ਗੱਲ ਮਨਾ ਕੇ ਹੀ ਰਹਾਂਗੇ। ਜੈ ਸਾਹਿਬ। ਬਹੁਤ ਹੀ ਵਧੀਆ ਵਿਚਾਰ ਸਾਂਝੇ ਕਰਕੇ ਗਏ ਨੇ।